Z5 ऐप डाउनलोड करो ते देखो पूरे एपिसोड बिल्कुल फ्री। ਅਸੀਂ ਨਾ ਸਾਰੇ ਫਿਸ਼ ਦੇ ਪੀਸਿਸ ਦੇ ਉੱਤੇ ਵਧੀਆ ਬ੍ਰੈਡ ਕ੍ਰੰਬਸ ਨੂੰ ਕੋਟ ਕਰ ਲਿੱਤਾ ਤੇ ਕੁਝ ਇਸ ਤਰ੍ਹਾਂ ਦੀ ਲੁੱਕ ਆਈ ਹੈ ਦੇਖੋ ਜੀ ਤੇ ਸਾਡਾ ਜਿਹੜਾ ਟੈਂਪਰੇਚਰ ਹੈ ਆਇਲ ਦਾ ਬਿਲਕੁਲ ਪਰਫੈਕਟ ਹੈ ਡੀਪ ਫਰਾਈਂਗ ਵਾਸਤੇ ਹੁਣ ਆਪਾਂ ਪੈਨ ਦੀ ਕਪੈਸਿਟੀ ਦੇ ਹਿਸਾਬ ਨਾਲ 6 ਤੋਂ 7 ਪੀਸ ਇੱਕ ਵਾਰ ਚ ਡੀਪ ਫਰਾਈ ਕਰ ਲਾਂਗੇ ਇਹ ਤਦ ਤੱਕ ਕਰਨੇ ਜੀ ਜਦ ਤੱਕ ਵਧੀਆ ਗੋਲਡਨ ਕ੍ਰਿਸਪ ਨਹੀਂ ਹੁੰਦੇ ਜੀ ਤੇ ਲਓ ਜੀ ਹੁਣ ਆਪਾਂ ਵੇਟ ਕਰਨੀ ਹੈ ਜੀ ਜਦ ਤੱਕ ਵਧੀਆ ਗੋਲਡਨ ਤੇ ਕ੍ਰਿਸਪ ਕਲਰ ਨਹੀਂ ਆਉਂਦਾ ਇਹਦਾ ਤੇ ਆ ਦੇਖੋ ਜੀ ਜਿਹੜਾ ਸਾਡਾ ਫਸਟ ਬੈਚ ਹੈ ਬਿਲਕੁਲ ਪਰਫੈਕਟ ਗੋਲਡਨ ਤੇ ਵਧੀਆ ਕ੍ਰਿਸਪ ਹੋ ਚੁੱਕਿਆ ਜੀ ਇਹਨੂੰ ਮੈਂ ਹੁਣ ਕੱਢ ਰਿਹਾ ਬਹੁਤ ਹੀ ਕੇਅਰਫੁਲੀ ਕਰਨਾ ਜੀ ਇਹ ਆ ਦੇਖੋ ਕੋਈ ਐਕਸੈਸ ਆਇਲ ਹੋਵੇ ਤਾਂ ਉਹਨੂੰ ਡ੍ਰਿਪ ਕਰ ਲਓ ਜੀ ਆ ਦੇਖੋ ਜੀ ਸਾਰੇ ਫਿਸ਼ ਫਿੰਗਰਸ ਜਿਹੜੇ ਆ ਪਰਫੈਕਟ ਡੀਪ ਫਰਾਈ ਹੋਏ ਆ ਵਧੀਆ ਗੋਲਡਨ ਕਲਰ ਤੇ ਬਿਲਕੁਲ ਕ੍ਰਿਸਪ ਥੋੜਾ ਇਸ ਨੂੰ ਆਪਾਂ ਹੋਰ ਸੀਜ਼ਨ ਕਰਦੇ ਆ ਜੀ ਇਹਦੇ ਵਿੱਚ ਮੈਂ ਪਾਣ ਲੱਗਿਆ ਥੋੜੀ ਜੀ ਪੈਰੀ ਪੈਰੀ ਚਿੱਲੀ ਵਧੀਆ ਇੱਕ ਤਿੱਖਾ ਚਟਪਟਾ ਫਲੇਵਰ ਜਿਹੜਾ ਇਸ ਦਾ ਆਏਗਾ ਕਿਉਂਕਿ ਸਾਡੀ ਫਿਸ਼ ਫਿੰਗਰਸ ਹੈ ਹੀ ਚਟਪਟੀ ਤੇ ਚਟਪਟਾ ਫਲੇਵਰ ਤਾਂ ਹੋਣਾ ਹੀ ਚਾਹੀਦਾ ਉਹਦੇ ਨਾਲ ਨਾਲ ਥੋੜਾ ਜਿਹਾ ਚਾਟ ਮਸਾਲਾ ਲਓ ਜੀ ਹੁਣ ਆਪਾਂ ਕਰਦੇ ਆ ਨੂੰ ਸੋਹਣਾ ਜਿਹਾ ਪਲੇਟ ਸਾਡੇ ਕੋਲ ਥੋੜੀ ਸੈਲਡ ਹੈਗੀ ਹੈ ਲਓ ਜੀ ਇੰਨਾ ਸੋਹਣਾ ਲੱਗ ਰਿਹਾ ਨਾ ਪਲੈਟਰ ਬਹੁਤ ਹੀ ਟੈਂਪਟਿੰਗ ਮੇਰੇ ਤੋਂ ਤਾਂ ਰਿਹਾ ਨਹੀਂ ਜਾ ਰਿਹਾ ਜੀ ਆਪਾਂ ਕਰਦੇ ਹਾਂ ਇਸ ਨੂੰ ਟੇਸਟ ਵਾਓ ਇੱਕ ਤਾਂ ਕ੍ਰਿਸਪ ਬਹੁਤ ਹੈ ਜੀ ਇਹ ਜਿਹੜੇ ਚਟਪਟੇ ਫਿਸ਼ ਫਿੰਗਰਸ ਹੈ ਜੀ ਬਹੁਤ ਹੀ ਵਧੀਆ ਤਿਆਰ ਹੋਏ ਹੈ ਇਹਦਾ ਪਰਫੈਕਟ ਟੈਕਸਚਰ ਆ ਰਿਹਾ ਤੇ ਪਰਫੈਕਟ ਟੇਸਟ ਹੈ ਜੀ ਤੇ ਜਿਹੜਾ ਓਵਰਆਲ ਫਲੇਵਰ ਹੈ ਵਾਹ ਕਮਾਲ ਹੈ ਜੀ ਸਵਾਦ ਹੀ ਆ ਗਿਆ ਤੁਸੀਂ ਇਸ ਰੈਸਿਪੀ ਨੂੰ ਜ਼ਰੂਰ ਟਰਾਈ ਕਰੋ ਨੋਟ ਕਰੋ ਇਸ ਦਾ ਕੁਇਕ ਰੀਕੈਪ ਚਟਪਟੇ ਫਿਸ਼ ਫਿੰਗਰ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਫਿਸ਼ ਨੂੰ ਕੱਟ ਲਵਾਂਗੇ ਇਸ ਨੂੰ ਇੱਕ ਬਾਊਲ ਦੇ ਵਿੱਚ ਐਡ ਕਰਕੇ ਉਸ 'ਚ ਐਡ ਕਰਨਾ ਹੈ ਅੱਧਾ ਚਮਚ ਨਮਕ ਕੁਆਟਰ ਚਮਚ ਕਾਲੀ ਮਿਰਚ ਕੁਆਟਰ ਚਮਚ ਲਾਲ ਮਿਰਚ ਕੁਆਟਰ ਚਮਚ ਓਰੀਗੈਨੋ ਥੋੜਾ ਜਿਹਾ ਆਇਲ ਪਾ ਕੇ ਮਿਕਸ ਕਰ ਲੈਣਾ ਫਿਰ ਇਸ ਦੇ ਵਿੱਚ ਐਡ ਕਰਾਂਗੇ ਇੱਕ ਚਮਚ ਕੌਰਨਸਟਾਰਚ ਇੱਕ ਚਮਚ ਮੈਦਾ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਇਲ ਨੂੰ ਗਰਮ ਕਰ ਲਾਂਗੇ ਡੀਪ ਫਰਾਈਂਗ ਲਈ ਇੱਕ ਦੂਜੇ ਬਾਊਲ ਦੇ ਵਿੱਚ ਐਡ ਕਰਾਂਗੇ 2 ਚਮਚ ਮੈਦਾ 1 ਚਮਚ ਕੌਰਨਸਟਾਰਚ ਅੱਧਾ ਚਮਚ ਨਮਕ ਅੱਧਾ ਚਮਚ ਲਾਲ ਮਿਰਚ ਕੁਆਟਰ ਚਮਚ ਕਾਲੀ ਮਿਰਚ ਕੁਆਟਰ ਚਮਚ ਓਰੀਗੈਨੋ ਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਾਂਗੇ ਥੋੜਾ ਜਿਹਾ ਪਾਣੀ ਪਾ ਕੇ ਇਸ ਦਾ ਬੈਟਰ ਬਣਾ ਲਵਾਂਗੇ ਤੇ ਹੁਣ ਜਿਹੜੀ ਮੈਰੀਨੇਟ ਕੀਤੀ ਹੋਈ ਫਿਸ਼ ਹੈ ਉਸ ਨੂੰ ਇਸ ਬੈਟਰ ਦੇ ਵਿੱਚ ਡਿਪ ਕਰਕੇ ਬ੍ਰੈਡ ਕ੍ਰੰਬਸ ਦੇ ਨਾਲ ਕੋਟ ਕਰ ਲਵਾਂਗੇ ਤੇ ਵਧੀਆ ਉਸ ਨੂੰ ਗੋਲਡਨ ਕਲਰ ਹੋਣ ਤੱਕ ਡੀਪ ਫਰਾਈ ਕਰ ਲਵਾਂਗੇ ਤੇ ਲੋ ਜੀ ਤਿਆਰ ਹੈ ਚਟਪਟੇ ਫਿਸ਼ ਫਿੰਗਰਸ ਹੁਣ ਆਪਾਂ ਗੱਲ ਕਰਦੇ ਹਾਂ ਜੀ ਬੇਬੇ ਦੇ ਨੁਸਖੇ ਦੀ ਇਹ ਜਿਹੜਾ ਨੁਸਖਾ ਹੈ ਨਾ ਜੀ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੋ ਰੱਖੀ ਹੈ ਫੈਟੀ ਲੀਵਰ ਦੀ ਜਾਂ ਫਿਰ ਲੀਵਰ ਸਿਰੋਸਿਸ ਦੀ ਇਸ ਨੁਸਖੇ ਦੇ ਨਾਲ ਥੋੜਾ ਜਿਹੜਾ ਪ੍ਰੀਵੈਂਸ਼ਨ ਹੈ ਉਹ ਹੋ ਸਕਦਾ ਜੀ ਹੁਣ ਆਪਾਂ ਕਰਨਾ ਕੀ ਹੈ ਜੀ ਸਭ ਤੋਂ ਪਹਿਲਾਂ ਪੈਨ ਨੂੰ ਗਰਮ ਕਰਾਂਗੇ ਥੋੜਾ ਜਿਹਾ ਪਾਣੀ ਇਸ 'ਚ ਐਡ ਕਰਾਂਗੇ ਜੀ ਤੇ ਹੁਣ ਇਸ ਪਾਣੀ ਦੇ ਵਿੱਚ ਆਪਾਂ ਐਡ ਕਰਨਾ ਥੋੜਾ ਜਿਹਾ ਧਨੀਆ ਜਿਹੜੇ ਧਨੀਏ ਦੇ ਪੱਤੇ ਨੇ ਫਰੈਸ਼ ਧਨੀਏ ਦੇ ਪੱਤੇ ਬਹੁਤ ਹੀ ਵਧੀਆ ਹੁੰਦੇ ਹੈਲਥ ਵਾਸਤੇ ਤੇ ਇਹਦਾ ਇੱਕ ਆਪਾਂ ਹਰਬਲ ਟੀ ਬਣਾਉਣ ਲੱਗੇ ਆ ਉਸ ਦੇ ਨਾਲ ਨਾਲ ਥੋੜਾ ਇਸ ਨੂੰ ਫਲੇਵਰ ਦੇਣਾ ਸਾਲਟ ਦਾ ਬਹੁਤ ਹੀ ਘੱਟ 1/4 ਤੋਂ ਵੀ ਘੱਟ ਚੁਟਕੀ ਪਰ ਹੁਣ ਇਹਨੂੰ ਆਪਾਂ ਮਿਕਸ ਕਰਾਂਗੇ ਥੋੜਾ ਬੋਇਲ ਹੋਣ ਦਵਾਂਗੇ ਤੇ ਲਓ ਜੀ ਇਹ ਬੋਇਲ ਹੋ ਚੁੱਕਿਆ ਆਪਾਂ ਇਸ ਨੂੰ ਤਦ ਤੱਕ ਪਕਾਇਆ ਜਦ ਤੱਕ ਕਿ ਜਿਹੜਾ ਪਾਣੀ ਹੈ ਅੱਧਾ ਨਹੀਂ ਰਹਿ ਗਿਆ ਬਹੁਤ ਵਧੀਆ ਇਸ ਦਾ ਧਨੀਏ ਦਾ ਫਲੇਵਰ ਜਿਹੜਾ ਹੈ ਇਸ ਪਾਣੀ ਦੇ ਵਿੱਚ ਆ ਚੁੱਕਿਆ ਜੀ ਹੁਣ ਆਪਾਂ ਇਹਨੂੰ ਛਾਣ ਲਵਾਂਗੇ ਬਹੁਤ ਹੀ ਲਾਈਟ ਕਲਰ ਦੀ ਜਿਹੜੀ ਇਹ ਹਰਬਲ ਟੀ ਹੈ ਦੇਖੋ ਤਿਆਰ ਹੋਈ ਹੈ ਹੁਣ ਲੀਵਰ ਵਾਸਤੇ ਸਿਰੋਸਿਸ ਵਾਸਤੇ ਫੈਟੀ ਲੀਵਰ ਵਾਸਤੇ ਜਿਹੜੀ ਇਹ ਹਰਬਲ ਟੀ ਹੈ ਬਹੁਤ ਵਧੀਆ ਜੀ Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ